ਹਾਂਜੀ ਕੀ ਹਾਦਸਾ ਵਾਪਰਿਆ ਇੱਥੇ ਜੀ? ਅੱਜ ਇੱਕ ਫਤਿਹਗੜ੍ਹ ਨਿਵਾ ਨਗਰ ਤੋਂ ਇੱਕ ਬਜ਼ੁਰਗ ਆਪਣੇ ਛੋਟੇ ਛੋਟੇ ਪੋਤਰਿਆਂ ਪੋਤਰੀਆਂ ਨੂੰ ਲੈ ਕੇ ਗੁਰਦੁਆਰਾ ਜੋਤੀ ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ ਅਤੇ ਜਦੋਂ ਇਹ ਜੋਤੀ ਪੁਲਾਂ ਦੇ ਨੇੜੇ ਆਇਆ ਅਤੇ ਇੱਕ ਅਵਾਰਾ ਸਾਹਨ ਅੱਗੇ ਆਉਣ ਕਰਕੇ ਅਤੇ ਉਹਨੇ ਟੱਕਰ ਮਾਰੀ ਵਾਰਾ ਸਾਹਨ ਨੇ, ਉਹਦੇ ਮੋਟਰਸਾਈਕਲ ਦਾ ਬੈਰੈਂਸ ਹਿੱਲ ਗਿਆ, ਗੱਡੀ ਥੱਲੇ ਆ ਗਿਆ, ਇੱਕ ਬੱਚੀ ਅਤੇ ਇੱਕ ਬਜ਼ੁਰਗ ਦੀ ਮੌਤ ਹੋ ਗਈ। ਬਹੁਤ ਦੁਖਦਾਈ ਘਟਨਾ। ਮੈਂ ਸਮਝਦਾ ਕਿ ਇਹ ਪ੍ਰਸ਼ਾਸਨ ਜਿਹੜਾ ਬਹੁਤ ਨਲਾਇਕੀ ਆ ਪ੍ਰਸ਼ਾਸਨ ਦੀ, ਕਰੋੜਾਂ ਰੁਪਈਆ ਗਊ ਸੈਸ ਦੇ ਨਾਂ 'ਤੇ ਟੈਕਸ ਇਕੱਠਾ ਕਰਕੇ ਇਹਨਾਂ ਨੂੰ ਕੋਈ ਸਾਂਭਣ ਦਾ ਯਤਨ ਨਹੀਂ ਕਰਦਾ। ਮੈਂ ਸਮਝਦਾ ਕਿ ਇਹ ਤੋਂ ਵੱਡੀ ਨਲਾਇਕੀ ਪ੍ਰਸ਼ਾਸਨ ਦੀ ਕੀ ਹੋ ਸਕਦੀ ਹੈ ਵੀ ਅਵਾਰਾ ਪਸ਼ੂਆਂ ਦੀ ਵਜ੍ਹਾ ਨਾਲ ਹਜ਼ਾਰਾਂ ਜਾਨਾਂ ਜਿਹੜੀਆਂ ਜਾਈਆਂ ਜਾ ਰਹੀਆਂ ਨੇ, ਜਾਨੀ ਨੁਕਸਾਨ ਹੋ ਰਿਹਾ, ਮਾਲੀ ਨੁਕਸਾਨ ਹੋ ਰਿਹਾ। ਮੈਂ ਸਮਝਦਾ ਵੀ ਇਹ ਪ੍ਰਸ਼ਾਸਨ ਨੂੰ ਇਹਦੇ ਵੱਲ ਗੌਰ ਕਰਨੀ ਚਾਹੀਦੀ ਹੈ ਕਿ ਕਰੋੜਾਂ ਰੁਪਈਆ ਜਿਹੜਾ ਗਊ ਸੈਸ ਦੇ ਨਾਂ 'ਤੇ ਇਕੱਠਾ ਕਰਦੇ ਨੇ ਇਹ ਇਹਨਾਂ ਨੂੰ ਜਿਹੜੇ ਅਵਾਰਾ ਪਸ਼ੂ ਨੇ ਇਹਨਾਂ ਨੂੰ ਫੜ ਕੇ ਕਿਤੇ ਡੱਕਣ ਦਾ ਯਤਨ ਕਰਨਾ ਚਾਹੀਦਾ। ਪਿਛਲੀ ਸਰਕਾਰ ਨੇ 25 ਕਿੱਲਿਆਂ 'ਚ ਗੜੋਲੀਆਂ ਦੇ ਵਿਖੇ ਜਿਹੜੀ ਗਊਸ਼ਾਲਾ ਬਣਾਈ ਹੋਈ ਹੈ, ਪ੍ਰਸ਼ਾਸਨ ਦੀ ਇੰਨੀ ਵੀ ਉਹ ਨਹੀਂ ਹੈ ਵੀ ਇਹਨਾਂ ਨੂੰ ਫੜ ਕੇ ਉਸ ਗਊਸ਼ਾਲਾ ਦੇ ਵਿੱਚ ਛੱਡੇ ਹੋਣ। ਗਊਸ਼ਾਲਾ ਤਿਆਰ ਹੈ, ਮੈਨੂੰ ਸਮਝ ਨਹੀਂ ਆ ਰਹੀ ਵੀ ਪ੍ਰਸ਼ਾਸਨ ਦੀ ਕੀ ਮਜਬੂਰੀ ਹੈ। ਕਿਆ ਜਾਣ ਬੁੱਝ ਕੇ ਇਹ ਲੋਕਾਂ ਨੂੰ ਮਰਵਾਉਣਾ ਹੀ ਚਾਹੁੰਦੇ ਨੇ ਜਨਤਾ ਨੂੰ? ਮੈਂ ਸਮਝਦਾ ਵੀ ਇਹ ਪ੍ਰਭਾਵ ਪ੍ਰਸ਼ਾਸਨ ਨੂੰ ਇਹਦੇ ਵੱਲੋਂ ਗੌਰ ਕਰਨਾ। ਇੱਥੇ ਮਹੱਲਾ ਹੀ ਬੜਾ ਤੰਗ ਆ, ਰੋਜ਼ ਮਾਰਦਾ ਮਹੱਲੇ ਵਾਲੇ ਲੋਕਾਂ ਨੂੰ, ਇਹ ਫੱਟੜ ਕਰਦਾ ਜੀ, ਲੋਕਾਂ ਨੂੰ ਮਾਰਦਾ, ਲੋਕਾਂ ਦੀਆਂ ਗੱਡੀਆਂ ਪਾ। ਗੁਰਪ੍ਰੀਤ ਸਿੰਘ ਮੇਰਾ ਨਾਂ ਹੈ ਜੀ, ਮੈਂ ਇੱਥੇ ਨੇੜੇ ਦਾ ਨਿਵਾਸੀ ਹਾਂ ਜੀ, ਨਾਲ ਹੀ ਰਹਿੰਦਾ ਜਿੱਥੋਂ ਐਕਸੀਡੈਂਟ ਹੋਇਆ। ਅਤੇ ਮੈਨੂੰ ਜਦੋਂ ਪਤਾ ਲੱਗਿਆ, ਮੈਂ ਆ ਕੇ ਵੇਖਿਆ ਤਾਂ ਇੱਥੇ ਦੋ ਕੈਜੂਅਲਟੀਆਂ ਹੋਈਆਂ ਹੋਈਆਂ ਸੀਗੀਆਂ। ਅਤੇ ਨਾਲ ਹੀ ਮੈਨੂੰ ਜਦੋਂ ਹੋਰ ਪੁੱਛਣ 'ਤੇ ਪਤਾ ਲੱਗਿਆ ਵੀ ਕਹਿੰਦੇ ਸਾਂਢ ਨੇ ਮਾਰਿਆ। ਸਾਂਢ ਦੇ ਮਰਨ ਨਾਲ ਦੋ ਬੱਚਾ, ਇੱਕ ਬੱਚੇ ਦੀ ਅਤੇ ਇੱਕ ਬਜ਼ੁਰਗ ਦੀ ਮੌਤ ਹੋਈ ਹੈ ਇੱਥੇ, ਅਤੇ ਬਾਕੀ ਦੋ ਬੱਚੇ ਕਹਿੰਦੇ ਹੋਸਪਿਟਲ ਨੇ। ਅਤੇ ਸਾਂਢ ਜਿਹੜੇ ਬਹੁਤ ਘੁੰਮਦੇ ਨੇ ਜੀ ਉਰੇ ਸਾਡੇ ਮੁਹੱਲੇ ਦੇ ਵਿੱਚ, ਇਹ ਖਰਾਬ ਕਰਦੇ ਨੇ ਜੀ, ਬਹੁਤ ਜਣਿਆਂ ਨੂੰ ਮਾਰਦੇ ਨੇ। ਰਾਤ ਨੂੰ, ਰਾਤ ਬਰਾਤੇ ਇਕੱਲਾ ਬੰਦਾ ਉਰੇ ਲੰਘ ਨਹੀਂ ਸਕਦਾ। ਇਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਅਤੇ ਇਹਨਾਂ ਨੂੰ ਗਊਸ਼ਾਲਾ ਦੇ ਵਿੱਚ ਭੇਜਿਆ ਜਾਵੇ। ਕੀ ਨਾਂ ਜੀ? ਸਰ ਕੀ ਨਾਂ ਜੀ? ਐਸੇ ਬਲਦੇਵ ਸਿੰਘ। ਹਾਂਜੀ, ਕੀ ਗੱਲ ਹੋਈ, ਕੀ ਵਾਕਿਆ ਹੋਇਆ? ਸਾਂਢ ਭਿੜਦੇ ਸੀਗੇ ਸੜਕ 'ਤੇ, ਬਜ਼ੁਰਗ ਸੀਗਾ, ਤਿੰਨ ਬੱਚੇ ਸੀ ਉਹਦੇ ਨਾਲ ਗੁਰਦੁਆਰੇ ਮੱਥਾ ਟੇਕਣ ਜਾ ਰਹੇ ਸੀ ਵੀ ਉਹ ਫੇਟ ਮਾਰੀ, ਉਹ ਸਾਂਢ ਨੇ ਉਹ ਟਰੱਕ ਦੇ ਜਿਹੜੇ ਉਹ ਪਿਛਲੇ ਟਾਇਰਾਂ ਥੱਲਿਆ। ਕਿੰਨੇ ਬੰਦੇ ਡੈਥ ਹੋ ਗਈ? ਮੌਕੇ 'ਤੇ ਮੌਤ ਹੋ ਗਈ, ਜਿਹੜੇ ਦੋ ਬੱਚੇ ਆ ਉਹਨਾਂ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦਾ।